हेलो फ्रेंड्स, वेलकम टू माय चैनल जिसका नाम है सिमरन पंजाबी। चैनल मैं खास तौर पर पंजाबी के स्टूडेंट लिए बनाया जो एंटी एग्जाम से मास्टर ग्रेड की तैयारी कर रहे हैं। इतने आके अपने एग्जाम की तैयारी कर सकते हो, डिफरेंट टाइप की इनफॉर्मेशन प्रोवाइड करवा रही हैं जो थोड़े एग्जाम वास्ते जरूरी है। चैनल को सब्सक्राइब जरूर कर लो, नाल दा नाल बेल आइकन जरूर दबा लो ता जो तुहानू नोटिफिकेशन मिलती रहे। लाइक जरूर करा करो, वीडियोस नू शेयर करा करो, कमेंट करके दसो किस तरह के लगते पे। इस तों अलावा तुसीं जिहड़े कम्यूनिटी बॉक्स में जाके मैसेज चैक कर सकते हो। प्लेलिस्ट बनी है, अगर कोई वीडियोज नहीं मिलती कि तब प्लेलिस्ट जाके तुसी सर्च कर सकते हो। काफी ज्यादा टॉपिक तुहानू इत्थे जा रहे नहीं तुहानू मिल रही उत्थे भी मिल सकते ने। सो जाके प्लेलिस्ट जरूर चैक करया करो। इस तो अलावा टॉपिक जिहड़ा हैगा है अज दा, असी शुरुआत करन जा रहे हां जो कि हैगा निबंध दे उत्ते। साहित्य दे वख-वख रूपां दे विचों अज असी नैक्सट टॉपिक करन जा रहे हां निबंध। कहिंदे वार्तक नूं साहित्यकार दा बोधिक यतन मन्निया जांदा है अते निबंध नूं स्वै प्रगटावे दा वधिया माध्यम। आधुनिक काल विच निबंध हर प्रकार दे भावां ते विचारां नूं प्रगटाउण दा इक सफल माध्यम बन गया है। निबंध शब्द दे कोशगत अर्थ हैगे ने बनना, गुंदना, इकट्ठा करना आदि हन। ਪ੍ਰਾਤਨ ਸਮਿਆਂ 'ਚ ਕਾਗਜ਼ ਦੀ ਅਣਹੋਂਦ ਕਾਰਨ ਭੋਜ ਪੱਤਰਾਂ 'ਤੇ ਲਿਖਣ ਦਾ ਰਿਵਾਜ਼ ਪ੍ਰਚਲਿਤ ਸੀ ਅਤੇ ਇਹਨਾਂ ਭੋਜ ਪੱਤਰਾਂ ਨੂੰ ਇਕੱਠੇ ਕਰਨ ਅਤੇ ਬੰਨਣ ਦੀ ਪ੍ਰਕਿਰਿਆ ਨੂੰ ਹੀ ਨਿਬੰਧ ਅਖਵਾਉਂਦੀ ਸੀ। ਸੋ ਇਸ ਦੇ ਅਰਥ ਜਿਵੇਂ ਲਏ ਗਏ ਹੈਗੇ ਨੇ ਬੰਨਣਾ, ਗੁੰਦਣਾ, ਇਕੱਠਾ ਕਰਨਾ ਆਦਿ। ਸੋ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਕਾਗਜ਼ ਦੀ ਵਰਤੋਂ ਨਹੀਂ ਹੈਗੀ ਸੀ, ਇਸ ਕਰਕੇ ਭੋਜ ਪੱਤਰ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਹੀ ਇੱਕ ਲਿਖਣ ਦੀ ਪਰੰਪਰਾ ਹੈਗੀ ਸੀ ਤੇ ਜਦੋਂ ਇਹਨਾਂ ਨੂੰ ਇਕੱਠੇ ਕਰਕੇ ਬੰਨਿਆ ਜਾਂਦਾ ਹੈਗਾ ਸੀ ਉਸਨੂੰ ਨਿਬੰਧ ਕਿਹਾ ਜਾਂਦਾ ਸੀ। ਅੰਗਰੇਜ਼ੀ ਦੇ ਪਰ ਵਿੱਚ ਪਰਿਆਵਾਚੀ ਸ਼ਬਦ ਐਸੇ ਹੈਗਾ ਹੈ ਇਸ ਦਾ ਮਤਲਬ ਤੇ ਅੰਗਰੇਜ਼ੀ ਵਿਦਵਾਨ ਡਾਕਟਰ ਜੌਨਸਨ ਨੇ ਨਿਬੰਧ ਨੂੰ ਮਨ ਦਾ ਖੁੱਲ੍ਹਾ ਪ੍ਰਗਟਾਵਾ, ਬੇਹਤਰ ਤੀਬਾ, ਉਗੜਾ ਦੁਗੜਾ ਤੇ ਅਣਪੱਚਿਆ ਟੋਟਾ ਇਸ ਨੂੰ ਕਿਹਾ ਹੈ। ਪਰ ਸਪਸ਼ਟ ਹੈ ਕਿ ਅੱਜ ਕੱਲ੍ਹ ਨਿਬੰਧ ਦੇ ਅਰਥ ਜਿਹੜੇ ਗਏ ਨੇ ਉਹ ਬਦਲ ਗਏ ਨੇ। ਹੁਣ ਨਿਬੰਧ ਨੂੰ ਭਾਵ, ਵਿਚਾਰ, ਦਲੀਲ, ਸਹਿਯੋਗ, ਵਿਆਖਿਆ ਦਾ ਸੁਮੇਲ ਸਵੀਕਾਰ ਕੀਤਾ ਜਾਂਦਾ ਹੈ। ਇਹੀ ਹੀ ਨਹੀਂ ਸਗੋਂ ਵਧੀਆ ਕਿਸਮ ਦੇ ਆਲੋਚਨਾਤਮਕ ਤੇ ਸਾਹਿਤ ਨਿਬੰਧਾਂ ਨੂੰ ਅਜਿਹੀ ਕਸਵੱਟੀ ਤੇ ਪਰਖਣਾ ਭੁੱਲ ਇੱਕ ਤਰੀਕੇ ਦੀ ਹੋਵੇਗੀ। ਅਜੋਕਾ ਨਿਬੰਧ ਬੇਕਾਇਦਾ ਤੇ ਬਾਕਾਇਦਾ ਤੋਂ ਬਾਕਾਇਦਾ ਤੱਕ ਦਾ ਸਫ਼ਰ ਤੈਅ ਜਿਹੜਾ ਕਰ ਚੁੱਕਾ ਹੈ। ਹੁਣ ਦੇਖੋ ਕਿਤੇ ਅੰਗਰੇਜ਼ੀ ਦੇ ਵਿੱਚ ਪਰਿਆਵਾਚੀ ਸ਼ਬਦ ਇਸਦਾ ਹੈਗਾ ਵਾ ਐਸੇ ਤੇ ਡਾਕਟਰ ਜੌਨਸਨ ਜਿਹੜੇ ਹੈਗੇ ਸੀ ਉਹਨਾਂ ਨੇ ਨਿਬੰਧ ਨੂੰ ਇੱਕ ਤਰੀਕੇ ਨਾਲ ਮਨ ਦਾ ਇੱਕ ਖੁੱਲ੍ਹਾ ਪ੍ਰਗਟਾਵਾ, ਬਿਹਤਰ ਤਿੱਬਾ ਤੇ ਉਗੜਾ ਦੁਗੜਾ ਇੱਕ ਟੋਟਾ ਉਹਨਾਂ ਨੇ ਕਿਹਾ ਹੈ। ਸੋ ਜੋ ਪਹਿਲੇ ਸ਼ਬਦ ਇਸਦੇ ਅਰਥ ਹੈਗੇ ਸੀ ਨਿਬੰਧ ਦੇ, ਅੱਜ ਕੱਲ੍ਹ ਉਹ ਜਿਹੜੇ ਹੈਗੇ ਨੇ ਅਰਥ ਇਸਦੇ ਬਦਲ ਚੁੱਕੇ ਨੇ। ਹੁਣ ਜਿਹੜਾ ਹੈਗਾ ਹੈ ਇਸ ਨੂੰ ਅਸੀਂ ਭਾਵ, ਵਿਚਾਰ ਤੇ ਦਲੀਲ ਤੇ ਸਹਿਯੋਗ ਵਿਆਖਿਆ ਦੇ ਸੁਮੇਲ ਨੂੰ ਇੱਕ ਸਵੀਕਾਰ ਕੀਤਾ ਨਿਬੰਧ ਦੇ ਤੌਰ ਤੇ। ਇਹ ਹੀ ਨਹੀਂ ਕਹਿੰਦੇ ਵਧੀਆ ਕਿਸਮ ਦੇ ਆਲੋਚਨਾਤਮਕ ਤੇ ਸਾਹਿਤ ਨਿਬੰਧਾਂ ਨੂੰ ਅਸਹੀ ਕਸਵੱਟੀ ਤੇ ਪਰਖਣਾ ਵੀ ਭੁੱਲ ਹੋਵੇਗੀ, ਕਿਉਂਕਿ ਦੇਖੋ ਇਹ ਹੈਗਾ ਵਾ ਬਿਹਤਰ ਤੀਬਾ, ਉੱਗੜ ਦੁੱਗੜ, ਅਣਪੱਚਿਆ, ਇਹਨਾਂ ਨੇ ਕਿਹਾ ਟੋਟਾ। ਸੋ ਇੱਕ ਕਹਿ ਸਕਦੇ ਹੋ ਪੂਰੇ ਸਹੀ ਤਰੀਕੇ ਦਾ ਸਹੀ ਰੂਪ ਦੇ ਵਿੱਚ ਨਹੀਂ ਹੈਗੀ। ਸੋ ਇਸ ਚੀਜ਼ਾਂ ਦੇ ਉੱਤੇ ਦੂਸਰੇ ਸਾਹਿਤਕ ਨਿਬੰਧਾਂ ਨੂੰ ਪਰਖਣਾ ਇੱਕ ਤਰੀਕੇ ਦੀ ਕਹਿੰਦੇ ਭੁੱਲ ਹੀ ਹੋਵੇਗੀ। ਪਰਿਭਾਸ਼ਾ ਦੀ ਅਗਰ ਗੱਲ ਕੀਤੀ ਜਾਵੇ ਕਹਿੰਦੇ ਨਿਬੰਧ ਵਾਰਤਕ ਦਾ ਉਹ ਸਾਹਿਤਕ ਰੂਪ ਹੈ ਜਿਸ ਵਿੱਚ ਭਾਵ ਦੇ ਖਿਆਲ ਨਿੱਜੀ ਛੂਹਾਂ ਵਾਲੀ ਗਦ ਸ਼ੈਲੀ ਵਿੱਚ ਗੁੰਦੇ ਹੁੰਦੇ ਨੇ, ਜਿਵੇਂ ਉੱਥੇ ਹੀ ਹੈ ਨਾ ਬੰਨਿਆ ਹੋਣਾ, ਗੁੰਦੇ ਹੋਣੇ। ਸੋ ਉਹੀ ਇਸ ਦੇ ਵਿੱਚ ਭਾਵ ਤੇ ਖਿਆਲ ਜਿਹੜੇ ਹੈਗੇ ਨੇ ਗੁੰਦੇ ਹੁੰਦੇ ਨੇ ਤੇ ਬਹੁਤ ਸਾਰੇ ਵਿਦਵਾਨਾਂ ਨੇ ਭਾਵਾਂ ਤੇ ਵਿਚਾਰਾਂ ਦੇ ਖੁੱਲੇ ਪ੍ਰਗਟਾ ਨੂੰ ਨਿਬੰਧ ਦਾ ਇੱਥੇ ਕੀ ਦਿੱਤਾ ਹੈਗਾ ਵਾ ਇੱਕ ਤਰੀਕੇ ਨਾਲ ਨਾਮ ਦਿੱਤਾ ਹੈ। ਇੱਕ ਵਿਦਵਾਨ ਨੇ ਲਿਖਿਆ ਹੈ ਕਿ ਤਰਕ ਤੇ ਪੂਰਨਤਾ ਦਾ ਅਧਿਕ ਖਿਆਲ ਨਾ ਰੱਖਣ ਵਾਲਾ ਗਦ ਰੂਪ ਹੀ ਨਿਬੰਧ ਅਖਵਾਉਂਦਾ ਹੈ ਤੇ ਜਿਸ ਵਿੱਚ ਕਿਸੇ ਵਿਸ਼ੇ ਆਦਿ ਦਾ ਵਿਸਤਾਰ ਨਾ ਹੋਵੇ, ਇਸ ਵਿੱਚ ਲੇਖਕ ਦਾ ਵਿਅਕਤੀਗਤ ਝਲਕ ਉੱਠੇ। ਮਤਲਬ ਇਹ ਤਰਕ ਤੇ ਪੂਰਨਤਾ ਦਾ ਅਧਿਕ ਉਸਦੇ ਵਿੱਚ ਖਿਆਲ ਨਹੀਂ ਰੱਖਿਆ ਜਾਂਦਾ, ਨਾ ਤਾਂ ਉਸਦੇ ਵਿੱਚ ਤਰਕ ਹੁੰਦਾ ਹੈ ਨਾ ਉਸਦੇ ਵਿੱਚ ਪੂਰਨਤਾ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਵਿਸ਼ੇ ਦਾ ਅਤ ਵਿਸਤਾਰ ਵੀ ਨਹੀਂ ਹੋਵੇ, ਪਰ ਕੀ ਹੈਗਾ ਵਾ ਇਸ ਦੇ ਵਿੱਚ ਲੇਖਕ ਦਾ ਵਿਅਕਤੀਤਵ ਝਲਕ ਉੱਠੇ, ਉਹ ਨਿਬੰਧ ਹੁੰਦਾ ਹੈ। ਮਤਲਬ ਛੋਟਾ ਜਿਵੇਂ ਕਹਿ ਸਕਦੇ ਹੋ ਨਾ, ਨਾ ਤਰਕ ਹੋਵੇ, ਨਾ ਪੂਰਨਤਾ ਹੋਵੇ, ਨਾ ਵਿਸ਼ੇ ਦਾ ਵਿਸਤਾਰ ਹੋਵੇ, ਪਰ ਲੇਖਕ ਦਾ ਵਿਅਕਤੀਤਵ ਇਸ ਦੇ ਵਿੱਚ ਜ਼ਰੂਰ ਝਲਕੇ। ਇੱਕ ਹੋਰ ਅੰਗਰੇਜ਼ੀ ਵਿਦਵਾਨਾਂ ਦਾ ਕਹਿਣਾ ਹੈ ਕਿ ਨਿਬੰਧ ਇੱਕ ਨਿੱਕੀ ਜਿਹੀ ਹਾਂ ਮੁੱਖ ਰਚਨਾ ਸ਼ੈਲੀ ਹੈ ਜਿਸ ਵਿੱਚ ਨਿਬੰਧਕਾਰ ਪਾਠਕ ਨੂੰ ਆਪਣਾ ਕੀ ਕਹੇ ਰਾਜਦਾਨ ਬਣਾ ਕੇ ਇਸ ਤਰ੍ਹਾਂ ਵਾਰਤਾਲਾਪ ਕਰਦਾ ਹੈ ਜਿਵੇਂ ਉਹ ਆਪ ਹਾਜ਼ਰ ਸਰੋਤਾ ਹੋਵੇ।
ਸਾਰੇ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਨਿਬੰਧ ਇੱਕ ਸੰਖੇਪ ਜਿਹੀ ਗਦ ਰਚਨਾ ਹੈਗੀ ਹੈ ਜਿਸ ਵਿੱਚ ਨਿਬੰਧਕਾਰ ਜੀਵਨ ਦੇ ਸਮਾਜ ਨਾਲ ਸੰਬੰਧਿਤ ਅਨੇਕ ਸਮੱਸਿਆਵਾਂ ਆਪਣੇ ਪ੍ਰਤੀਕਰਮ ਨੂੰ ਇਸ ਤਰ੍ਹਾਂ ਪ੍ਰਗਟ ਕਰਦਾ ਹੈ ਕਿ ਉਹ ਵੱਧ ਤੋਂ ਵੱਧ ਰੋਚਕ, ਭਾਵਪੂਰਨ ਤੇ ਚਮਤਕਾਰੀ ਬਣ ਜਾਣ। ਮਤਲਬ ਕੀ ਹੈਗਾ ਵਾ ਕਿ ਇੱਕ ਸੰਖੇਪ ਜਿਹੀ ਗਦ ਰਚਨਾ ਹੁੰਦੀ ਹੈ ਜਿਸ ਵਿੱਚ ਸਮਾਜ ਦੀਆਂ ਅਨੇਕ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਪ੍ਰਗਟਾਇਆ ਜਾਂਦਾ ਹੈ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰਗਟਾਇਆ ਜਾਂਦਾ ਹੈ ਕਿ ਉਹ ਵੱਧ ਤੋਂ ਵੱਧ ਰੋਚਕ ਤੇ ਭਾਵਪੂਰਨ ਤੇ ਚਮਤਕਾਰੀ ਬਣ ਜਾਣ। ਇੱਕ ਤਰੀਕੇ ਨਾਲ ਤੁਸੀਂ ਇਸ ਦੀਆਂ ਪਰਿਭਾਸ਼ਾਵਾਂ ਦੇ ਤੌਰ ਤੇ ਹੀ ਇਸ ਨੂੰ ਲੈ ਸਕਦੇ ਹੋ। ਹੁਣ ਦੇਖੋ ਨਿਬੰਧ ਤੇ ਲੇਖ ਦੇ ਬਾਰੇ ਇਸ ਦੇ ਵਿੱਚ ਦੱਸਿਆ, ਕੋਈ ਨਿਬੰਧ ਕਹਿੰਦਾ ਕੋਈ ਲੇਖ ਕਹਿੰਦਾ ਹੈ। ਕਹਿੰਦੇ ਜਿਸ ਤਰ੍ਹਾਂ ਅੰਗਰੇਜ਼ੀ ਵਿੱਚ ਐਸੇ ਦਾ ਸਮਾਨ ਅਰਥਕ ਸ਼ਬਦ ਨਿਬੰਧ ਹੈ, ਉਸੇ ਤਰ੍ਹਾਂ ਆਰਟੀਕਲ ਸ਼ਬਦ ਲਈ ਲੇਖ ਮੰਨਿਆ ਜਾਂਦਾ ਹੈ। ਕਈ ਵਿਦਵਾਨ ਨੇ ਦੋਹਾਂ ਸ਼ਬਦਾਂ ਨੂੰ ਇੱਕੋ ਪ੍ਰਸੰਗ ਦੇ ਵਿੱਚ ਵਰਤਣ ਤੇ ਜ਼ੋਰ ਦਿੱਤਾ ਹੈ। ਹੁਣ ਪਰ ਸਾਰੇ ਵਿਦਵਾਨਾਂ ਨੇ ਇਹਨਾਂ ਸ਼ਬਦਾਂ ਦੋਹਾਂ ਸ਼ਬਦਾਂ 'ਚ ਸੂਖਮ ਅੰਤਰ ਸਪਸ਼ਟ ਕਰਕੇ ਦੋਨਾਂ ਨੂੰ ਵੱਖਰੇ ਵੱਖਰੇ ਪ੍ਰਸੰਗ 'ਚ ਵਰਤਣ ਲਈ ਕਿਹਾ ਹੈ। ਹੁਣ ਦੇਖੋ ਕਈ ਜਿਹੜੇ ਹੈਗੇ ਨਿਬੰਧ, ਕਈ ਜਿਹੜੇ ਹੈਗੇ ਨੇ ਲੇਖ ਕਹਿੰਦੇ ਨੇ। ਨਿਬੰਧ ਮਤਲਬ ਐਸੇ, ਆਰਟੀਕਲ ਮਤਲਬ ਲੇਖ, ਦੋਹਾਂ ਦੇ ਵਿੱਚ ਹੁਣ ਇੱਕ ਤਰੀਕੇ ਨਾਲ ਅੰਤਰ ਸਪਸ਼ਟ ਜ਼ਰੂਰ ਉਹਨਾਂ ਨੇ ਕਰ ਲਿਆ ਹੈ। ਦੋਹਾਂ ਨੂੰ ਇੱਕੋ ਪ੍ਰਸੰਗ 'ਚ ਵਰਤਣ ਵਾਲੇ ਵਿਦਵਾਨ ਦਾ ਵਿਚਾਰ ਇਹ ਹੈ ਕਿ ਦੋਹਾਂ ਸ਼ਬਦਾਂ ਨੂੰ ਵੱਖਰੇ ਵੱਖਰੇ ਅਰਥਾਂ ਵਿੱਚ ਵਰਤਣ ਨਾਲ ਬਹੁਤ ਸਾਰੀਆਂ ਰਚਨਾਵਾਂ, ਘਟੀਆਂ ਰਚਨਾਵਾਂ ਹੁਣ ਨਿਬੜਦੀਆਂ ਹਨ, ਜਿਵੇਂ ਪੂਰਨ ਸਿੰਘ ਦੀ ਪੁਸਤਕ ਖੁੱਲ੍ਹੇ ਲੇਖ, ਠੀਕ ਹੈ। ਤੇ ਅਜਿਹੇ ਵਿਦਵਾਨ ਅਨੁਸਾਰ ਲੇਖ ਹਲਕੀਆਂ ਫੁਲਕੀਆਂ ਤੇ ਨੀਵੇਂ ਪੱਧਰ ਆਦਿ ਦੀਆਂ ਰਚਨਾਵਾਂ ਦਾ ਨਾਂ ਹੈ, ਜਦ ਕਿ ਨਿਬੰਧ ਬੌਧਿਕਤਾ ਭਰਪੂਰ ਤੇ ਉੱਚੇ ਪੱਧਰ ਦੀਆਂ ਰਚਨਾਵਾਂ ਹੁੰਦੀਆਂ ਨੇ। ਹੁਣ ਇਹ ਥੋੜਾ ਜਿਹਾ ਇੱਕ ਇਸ ਦੇ ਵਿੱਚ ਡਿਫਰੈਂਸ ਉਹਨਾਂ ਨੇ ਜਿਹੜਾ ਇੱਥੇ ਐਡ ਕੀਤਾ ਹੈਗਾ ਵਾ, ਇਹ ਤੁਸੀਂ ਦੇਖ ਸਕਦੇ ਹੋ। ਲੇਖ ਮਤਲਬ ਹਲਕੀਆਂ ਫੁਲਕੀਆਂ ਤੇ ਨੀਵੇਂ ਪੱਧਰ ਦੀਆਂ ਰਚਨਾਵਾਂ, ਨਿਬੰਧ ਮਤਲਬ ਬੌਧਿਕਤਾ ਭਰਪੂਰ ਤੇ ਉੱਚੇ ਪੱਧਰ ਦੀਆਂ ਰਚਨਾਵਾਂ। ਪਰੰਤੂ ਲੇਖ ਤੇ ਨਿਬੰਧ ਵਿੱਚ ਇਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਜਚਵਾਂ ਪ੍ਰਤੀਤ ਕਹਿੰਦੇ ਨਹੀਂ ਹੁੰਦਾ। ਨਾ ਤਾਂ ਸਾਰੇ ਲੇਖ ਘਟੀਆਂ ਹੁੰਦੇ ਨੇ ਤੇ ਨਾ ਹੀ ਸਾਰੇ ਉੱਚੇ ਪੱਧਰ ਦੇ ਨਿਬੰਧ ਹੋ ਸਕਦੇ ਨੇ, ਠੀਕ ਹੈ। ਜਿਸ ਤਰੀਕੇ ਨਾਲ ਇਹਨਾਂ ਨੇ ਡਿਫਰੈਂਸ ਦਿੱਤਾ ਹੈ ਕਿ ਸਾਰੇ ਲੇਖ ਘਟੀਆ ਦੇ ਤਾਂ ਹੋ ਨਹੀਂ ਸਕਦੇ ਪੱਧਰ ਦੇ, ਤੇ ਇਸ ਤਰੀਕੇ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਰੇ ਨਿਬੰਧ ਉੱਚੇ ਪੱਧਰ ਦੇ ਵੀ ਨਹੀਂ ਹੋ ਸਕਦੇ। ਹਾਂ, ਉਹਨਾਂ ਵਿੱਚ ਯਕੀਨੀ ਤੌਰ ਤੇ ਕੁਝ ਸੂਖਮ ਅੰਤਰ ਜ਼ਰੂਰ ਹੈ ਜਿਨ੍ਹਾਂ ਨੂੰ ਜਾਣਨਾ ਉਹਨਾਂ ਦਾ ਮਤਲਬ ਅਤਿ ਜ਼ਰੂਰੀ ਹੈਗਾ। ਕਹਿੰਦੇ ਰੋਸ਼ਨ ਲਾਲ ਅਹੂਜਾ ਨੇ ਇਸ ਅੰਤਰ ਨੂੰ ਬਹੁਤ ਢੁਕਵੇਂ ਸ਼ਬਦਾਂ 'ਚ ਵਿਅਕਤ ਕੀਤਾ ਹੈਗਾ ਵਾ। ਪ੍ਰਿੰਸੀਪਲ ਤੇਜਸ ਸਿੰਘ ਦੀਆਂ ਰਚਨਾਵਾਂ ਵਿੱਚੋਂ ਘਰ ਦਾ ਪਿਆਰ ਨੂੰ ਲੇਖ, ਪਰ ਪੰਜਾਬੀ 'ਚ ਕਾਫੀ ਨੂੰ ਨਿਬੰਧ ਸਵੀਕਾਰ ਕਰਦੇ ਹੋਏ ਲਿਖਦੇ ਨੇ ਕਿ ਦੋਹਾਂ ਵਿੱਚ ਅੰਤਰ ਹੈ, ਦੋਹਾਂ ਨੂੰ ਜਾਣਨਾ ਜ਼ਰੂਰੀ ਹੈ। ਲੇਖ ਤੇ ਨਿਬੰਧ ਦੋਵੇਂ ਸਾਹਿਤਕ ਰਚਨਾਵਾਂ ਨੇ, ਦੋਵੇਂ ਵਾਰਤਕ ਦੇ ਉੱਚੇ ਨਮੂਨੇ ਨੇ, ਪਰ ਇਹਨਾਂ ਦੇ ਵਿਸ਼ੇ, ਸ਼ੈਲੀ ਤੇ ਉਦੇਸ਼ ਦਾ ਪ੍ਰਭਾਵ ਦੇ ਵਿੱਚ ਅੰਤਰ ਹੈਗਾ ਹੈ, ਠੀਕ ਹੈ। ਲੇਖ ਵਿੱਚ ਭਾਵ ਪ੍ਰਧਾਨ ਹੁੰਦੇ ਨੇ, ਪਰ ਨਿਬੰਧ ਵਿੱਚ ਵਿਚਾਰ ਪ੍ਰਧਾਨ ਹੁੰਦੇ ਨੇ। ਲੇਖ ਅੰਤਰਮੁਖੀ ਹੈ ਤੇ ਵਿਅਕਤੀਗਤ ਹੁੰਦਾ ਹੈ, ਪਰ ਨਿਬੰਧ ਜਿਹੜਾ ਹੈਗਾ ਬਾਹਰ ਮੁਖੀ ਜਾਂ ਫਿਰ ਵਿਸ਼ੇਬੱਧ ਹੁੰਦਾ ਹੈ। ਲੇਖ ਵਿੱਚ ਕਲਪਨਾ ਨੂੰ ਉਡਾਰੀ ਲਈ ਖੁੱਲ੍ਹ ਹੁੰਦੀ ਹੈ, ਪਰ ਨਿਬੰਧ ਵਿੱਚ ਵਿਚਾਰ ਦਾ ਵਿਕਾਸ ਹੁੰਦਾ ਹੈ, ਉਹਦੇ ਵਿੱਚ ਕਲਪਨਾ ਘੱਟ ਵੱਧ ਹੁੰਦੀ ਹੈ। ਲੇਖ ਵਿੱਚ ਭਾਵਾਂ ਦੀ ਕ੍ਰੀੜਾ ਹੁੰਦੀ ਹੈ, ਪਰ ਨਿਬੰਧ ਤਰਕਪੂਰਨ ਜਾਂ ਆਲੋਚਨਾਤਮਕ ਹੁੰਦਾ ਹੈ ਜਿਸ ਵਿੱਚ ਵਿਆਖਿਆ ਤੇ ਮੁਲਾਂਕਣ ਅੰਤਰਗਤ ਹੁੰਦੇ ਨੇ। ਇਹ ਹੀ ਨਹੀਂ, ਲੇਖਕ ਅਨੁਸਾਰ ਲੇਖ ਗੈਰ ਰਸਮੀ ਤੇ ਨਿਬੰਧ ਰਸਮੀ ਹੁੰਦਾ ਹੈ। ਲੇਖ ਤੋਂ ਭਾਵਕ ਆਨੰਦ ਮਿਲਦਾ ਹੈ, ਪਰ ਨਿਬੰਧ ਤੋਂ ਬੌਧਿਕ ਸੰਤੁਸ਼ਟਤਾ ਮਿਲਦੀ ਹੈ, ਕਿਉਂਕਿ ਉਹਦੇ ਵਿੱਚ ਭਾਵ ਹੁੰਦੇ ਨੇ, ਉਹਦੇ ਵਿੱਚ ਬੌਧਿਕਤਾ। ਲੇਖ ਵਿੱਚੋਂ ਲਿਖਾਰੀ ਦੇ ਪਿਆਰ, ਵਿਅਕਤੀਤਵ ਤੋਂ ਚਰਿੱਤਰ ਦੀ ਝਲਕ ਮਿਲਦੀ ਹੈ, ਪਰ ਨਿਬੰਧ ਵਿੱਚ ਨਿਬੰਧਕਾਰ ਦੀ ਯੋਗਤਾ ਤੋਂ ਬੁੱਧੀ ਦਾ ਪ੍ਰਭਾਵ ਪੈਦਾ ਹੁੰਦਾ ਹੈ। ਲੇਖ ਦੀ ਬਣਤਰ ਵਿਰਲੀ ਹੁੰਦੀ ਹੈ, ਪਰ ਨਿਬੰਧ ਦੀ ਸ਼ੈਲੀ ਸੰਖਿਪਤ ਤੇ ਨਿਯਮਿਤ ਹੁੰਦੀ ਹੈ। ਸੋ ਜੇ ਇਹਨਾਂ ਵਿਚਾਰਾਂ ਨੂੰ ਥੋੜਾ ਸੰਖਿਪਤ ਰੂਪ 'ਚ ਵੇਖਿਆ ਜਾਵੇ ਤਾਂ ਨਤੀਜਾ ਇਹ ਹੋਵੇਗਾ ਕਿ ਲੇਖ ਜਿਹੜੇ ਹੁੰਦੇ ਨੇ ਭਾਵ ਭੂਪੂ ਕਾਲਪਨਿਕ, ਗੈਰ ਰਸਮੀ, ਵਿਅਕਤੀਤ ਪ੍ਰਧਾਨ, ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਇਹ ਅੰਤਰਮੁਖੀ ਹੁੰਦੇ ਨੇ, ਜਦਕਿ ਨਿਬੰਧ ਬੌਧਿਕਤਾ ਭਰਪੂਰ, ਵਿਚਾਰਾਤਮਕ, ਯੋਗਾਤਮਕ, ਸੰਖਿਪਤ, ਨਿਯਮਿਤ, ਸਕਰਮਕ ਸ਼ੈਲੀ ਵਾਲੇ ਹੁੰਦੇ ਨੇ। ਸੋ ਇਸ ਦੇ ਵਿੱਚ ਡਿਫਰੈਂਸ ਉਹਨਾਂ ਨੇ ਦੱਸ ਦਿੱਤਾ ਹੈਗਾ ਵਾ ਕੀ ਗੱਲ, ਠੀਕ ਹੈ। ਸੋ ਇਹਨਾਂ ਨੂੰ ਵੀ ਯਾਦ ਰੱਖਣਾ ਹੈ ਨਿਬੰਧ ਤੇ ਲੇਖ 'ਚ ਡਿਫਰੈਂਸ ਕੀ ਹੁੰਦਾ ਹੈ। ਨਿਬੰਧ ਦੇ ਹੁਣ ਤੱਤ ਦੇ ਬਾਰੇ ਗੱਲ ਕੀਤੀ ਗਈ ਹੈਗੇ ਨੇ, ਕਹਿੰਦੇ ਇਹਨਾਂ ਨੂੰ ਵੀ ਜਾਣਨਾ ਜ਼ਰੂਰੀ ਹੁੰਦਾ। ਸਭ ਤੋਂ ਪਹਿਲਾਂ ਅਨੁਭਵ ਕਿਆ ਹੈਗਾ, ਭਾਵਾਂ ਤੇ ਵਿਚਾਰਾਂ ਦਾ ਸੰਬੰਧ ਮਨੁੱਖ ਦੇ ਅਨੁਭਵ ਦੇ ਨਾਲ ਹੁੰਦਾ ਹੈ। ਜਿੰਨੇ ਵਿਸ਼ਾਲ ਕਿਸੇ ਵਿਅਕਤੀ ਦੇ ਅੰਤਰਮੁਖੀ ਤੇ ਬਾਹਰ ਮੁਖੀ ਅਨੁਭਵ ਹੋਣਗੇ, ਉਸਦੇ ਵਿਚਾਰ ਉਨੇ ਹੀ ਡੂੰਘੇ ਹੋਣਗੇ, ਠੀਕ ਹੈ। ਉਸੇ ਤਰ੍ਹਾਂ ਉਸਦਾ ਦ੍ਰਿਸ਼ਟੀਕੋਣ ਬਣਦਾ ਜਾਵੇਗਾ ਤੇ ਸਰਬਪੱਖੀ ਅਨੁਭਵ ਵਧੀਆ ਸ਼ੈਲੀ ਤੇ ਸਿਰਜਣਹਾਰ ਹੁੰਦੇ। ਅਨੁਭਵ ਤੋਂ ਬਿਨਾਂ ਨਿਬੰਧ ਵਿੱਚ ਕੋਈ ਹੋਰ ਅਜਿਹੇ ਗੁਣ ਨੇ ਜੋ ਬਾਕੀ ਸਾਹਿਤ ਰੂਪਾਂ ਨਾਲੋਂ ਉਹਨੂੰ ਨਿਖੇੜਦੇ ਨੇ, ਜਿਸ ਦੀ ਵੱਖਰੀ ਹੋਂਦ ਸਥਾਪਿਤ ਕਰਦੇ ਨੇ। ਸੋ ਅਨੁਭਵ ਜੇਕਰ ਇਹੋ ਜਿਹਾ ਚੀਜ਼ ਹੁੰਦੀ ਹੈ ਕਿ ਜੋ ਤੁਹਾਨੂੰ ਇੱਕ ਲਾਈਫ ਤੋਂ ਹੀ ਮਿਲਦੀ ਹੈ,
ਜਿੰਨਾ ਕਿਸੇ ਵਿਅਕਤੀ ਦਾ ਅਨੁਭਵ ਵਿਸ਼ਾਲ ਹੋਏਗਾ, ਉਨਾ ਹੀ ਉਸਦੀ ਜਿਹੜੀ ਰਚਨਾ ਹੈਗੀ ਆ ਉਨੀ ਵਧੀਆ ਹੋਏਗੀ, ਉਸਦਾ ਦ੍ਰਿਸ਼ਟੀਕੋਣ ਵੀ ਉਨਾ ਹੀ ਵਿਸ਼ਾਲ ਹੋਏਗਾ, ਤਾਂ ਉਨਾ ਹੀ ਉਹ ਡੂੰਘਾਈ ਦੇ ਵਿੱਚ ਜਾ ਕੇ ਰਚਨਾਵਾਂ ਦੀ ਜਿਹੜੀ ਹੈਗੀ ਆ ਰਚਨਾ ਦੀ ਵਰਤੋਂ ਕਰ ਸਕੇਗਾ। ਨਿਬੰਧ ਦਾ ਆਕਾਰ ਕਹਿੰਦੇ ਬਹੁਤ ਛੋਟਾ ਹੁੰਦਾ ਹੈ, ਇਸ ਲਈ ਅਜਿਹੀ ਲਘੂ ਰਚਨਾ ਹੈ ਜੋ ਵਿਹਲੇ ਸਮੇਂ ਸੌਖੇ ਤਰੀਕੇ ਦੇ ਨਾਲ ਪੜ੍ਹੀ ਜਾ ਸਕਦੀ ਹੈ। ਥਰਡ ਦੱਸਿਆ ਨਿਬੰਧ ਦਾ ਕੰਮ। ਨਿਬੰਧ ਦਾ ਕੰਮ ਕਿਸੇ ਗੱਲ ਨੂੰ ਸਾਬਿਤ ਕਰਨਾ ਨਹੀਂ ਬਲਕਿ ਉਸਦਾ ਚਿਤਰਨ ਕਰਨਾ ਹੁੰਦਾ ਹੈ, ਕਿਉਂਕਿ ਨਿਬੰਧ ਖੋਜ ਰਚਨਾ ਨਹੀਂ ਸਾਹਿਤ ਰੂਪ ਹੈ, ਮਤਲਬ ਕਿਸੇ ਗੱਲ ਨੂੰ ਸਾਬਿਤ ਕਰਨਾ ਨਹੀਂ ਬਲਕਿ ਉਸਨੂੰ ਦਿਖਾਉਣਾ ਹੈ। ਕੇਂਦਰੀ ਵਿਚਾਰ। ਨਿਬੰਧ ਵਿੱਚ ਕੋਈ ਕੇਂਦਰੀ ਵਿਚਾਰ ਹੁੰਦਾ ਹੈ ਜਿਸ ਨੂੰ ਸੋਹਸਵਾਦੀ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ। ਪੇਸ਼ਕਾਰੀ ਦੀ ਆਜ਼ਾਦੀ। ਨਿਬੰਧ ਵਿੱਚ ਜਿਸ ਵਿਸ਼ੇ ਨਾਲ ਬਿਆਨ ਕੀਤਾ ਜਾਂਦਾ ਹੈ ਉਸ ਉੱਤੇ ਲੇਖਕ ਆਪਣੇ ਵਿਚਾਰ ਪੂਰੀ ਤਰ੍ਹਾਂ ਆਜ਼ਾਦੀ ਨਾਲ ਪੇਸ਼ ਕਰਦਾ ਹੈ, ਪਰ ਉਹਨਾਂ ਨੂੰ ਪਾਠਕਾਂ ਉੱਤੇ ਠੋਸ ਨਹੀਂ ਸਕਦਾ ਹੈਗਾ। ਨਿਬੰਧ ਦਾ ਪ੍ਰਭਾਵ। ਨਿਬੰਧ ਨੂੰ ਦਿਲ ਨੂੰ ਅਪੀਲ ਕਰਨ ਲਈ ਦੀ ਵਧੇਰੇ ਸ਼ਕਤੀ ਹੈ, ਉਹ ਭਾਵੇਂ ਉਹ ਬੁੱਧੀ ਨੂੰ ਵੀ ਪ੍ਰਭਾਵਿਤ ਕਰਦਾ ਹੈ, ਮਤਲਬ ਇੱਕ ਦਿਲ ਨੂੰ ਜ਼ਰੂਰ ਇਹ ਪ੍ਰਭਾਵਿਤ ਕਰਦਾ ਹੈਗਾ ਵਾ, ਕਿਉਂਕਿ ਦਿਲ ਨੂੰ ਇੱਕ ਅਪੀਲ ਕਰਨ ਦੀ ਇਸਦੇ ਵਿੱਚ ਸ਼ਕਤੀ ਵਧੇਰੇ ਹੁੰਦੀ, ਭਾਵੇਂ ਇਸਦੇ ਵਿੱਚ ਬੁੱਧੀ ਹੀ ਕਿਉਂ ਨਾ ਹੋਵੇ। ਪ੍ਰਗਟਾ ਵਿਧੀ। ਇਸਦੀ ਪ੍ਰਗਟਾ ਵਿਧੀ ਵਿਚਾਰਹੀਨ ਨਹੀਂ ਹੋਣੀ ਚਾਹੀਦੀ, ਸੁਤੰਤਰ ਵਿਚਾਰਾਂ ਨੂੰ ਸੁਤੰਤਰ ਰੂਪ ਦੇ ਵਿੱਚ ਇਸਦੇ ਵਿੱਚ ਪੇਸ਼ ਕਰਨਾ ਚਾਹੀਦਾ ਹੈ। ਭਾਸ਼ਾ ਅਤੇ ਸ਼ੈਲੀ। ਮਹਾਨ ਵਿਸ਼ੇ ਨਾਲ ਜੁੜੇ ਡੂੰਘੇ ਭਾਵਾਂ ਅਤੇ ਬੌਧਿਕ ਵਿਚਾਰਾਂ ਨੂੰ ਜੇ ਉੱਗੜ ਦੁੱਗਰ ਜਾਂ ਬੇਤਰਤੀਬੇ ਰੂਪ 'ਚ ਪੇਸ਼ ਕਰ ਦਿੱਤਾ ਜਾਵੇ ਤਾਂ ਰਚਨਾ ਦਾ ਪ੍ਰਭਾਵ ਘੱਟ ਜਾਂਦਾ ਹੈ, ਪਰ ਜੇਕਰ ਉਹਨਾਂ ਨੂੰ ਇੱਕ ਖਾਸ ਤਰਤੀਬ ਰਚਨਾ ਕ੍ਰਮ 'ਚ ਪੇਸ਼ ਕੀਤਾ ਜਾਵੇ ਤਾਂ ਉਸਦਾ ਪ੍ਰਭਾਵ ਦੂਣਾ ਹੋ ਜਾਂਦਾ ਹੈ। ਅਜਿਹੀ ਰਚਨਾ ਵਿੱਚ ਲੇਖਕ ਦਾ ਨਿੱਜੀ ਦ੍ਰਿਸ਼ਟੀਕੋਣ ਆਪਣੇ ਆਪ ਹੀ ਉੱਕੜ ਕੇ ਸਾਹਮਣੇ ਆਉਂਦਾ ਹੈ, ਜੋ ਇੱਕ ਵਧੀਆ ਨਿਬੰਧ ਲਈ ਅਤਿ ਜ਼ਰੂਰੀ ਹੈ। ਅਤੇ ਸ਼ੈਲੀ ਦੀ ਗੱਲ ਕੀਤੀ ਗਈ ਹੈ ਕਿ ਰਚਨਾ ਦੀ ਸ਼ੈਲੀ ਜਿਹੜੀ ਹੈਗੀ ਹੈ ਇੱਕ ਵਧੀਆ ਹੋਣੀ ਚਾਹੀਦੀ ਹੈ, ਜੋ ਕਿ ਇੱਕ ਬੰਨ ਕੇ ਰੱਖੇ ਉੱਗੜ ਦੁੱਗੜ ਰੂਪ 'ਚ ਨਹੀਂ ਹੋਣਾ ਚਾਹੀਦਾ। ਨਿਬੰਧਕਾਰ ਲਈ ਇੱਕ ਨਿਬੰਧ ਰਚਨ ਵੇਲੇ ਭਾਸ਼ਾ ਸ਼ੈਲੀ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਜਿਸ ਪੱਧਰ ਦਾ ਨਿਬੰਧ ਹੋਵੇ ਭਾਸ਼ਾ ਵੀ ਉਸੇ ਪੱਧਰ ਦੀ ਹੀ ਹੋਣੀ ਚਾਹੀਦੀ ਹੈ। ਇਹ ਭਾਸ਼ਾ ਸਰਲ, ਸਧਾਰਨ, ਤਕਨੀਕੀ ਤੇ ਉਚੇਰੀ ਕਿਸੇ ਕਿਸਮ ਦੀ ਵੀ ਹੋ ਸਕਦੀ ਹੈ, ਪਰ ਨਿਬੰਧ ਦੇ ਅਨੁਕੂਲ ਜ਼ਰੂਰ ਹੋਣੀ ਚਾਹੀਦੀ ਹੈ। ਭਾਵਾਂ ਤੇ ਵਿਚਾਰਾਂ ਦੇ ਪ੍ਰਗਟਾਵੇ ਲਈ ਵਧੀਆ ਸ਼ਬਦਾਵਲੀ ਤੇ ਨਿਵੇਕਲੀ ਸ਼ੈਲੀ ਨਿਬੰਧਕਾਰ ਨੂੰ ਦੂਜਿਆਂ ਤੋਂ ਨਿਖੇੜ ਕੇ ਸਾਹਿਤ ਵਿੱਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰਦਾ ਹੈ। ਸ਼ੈਲੀ ਵੀ ਹੁੰਦੀ ਹੈ ਕਿ ਹਰ ਇੱਕ ਦੀ ਇੱਕ ਆਪਣੀ ਵੀ ਸ਼ੈਲੀ ਹੋ ਸਕਦੀ ਹੈ ਮੌਲਿਕ, ਜੋ ਕਿ ਉਸਨੂੰ ਦੂਸਰਿਆਂ ਨਾਲੋਂ ਵੱਖਰੀ ਕਰਦੀ ਹੁੰਦੀ ਹੈ, ਤੇ ਸ਼ੈਲੀ ਅਜਿਹੀ ਚੀਜ਼ ਹੁੰਦੀ ਹੈ ਜੋ ਕਿ ਰਚਨਾਵਾਂ ਦੇ ਵਿੱਚ ਜਿਹੜੇ ਸ਼ਬਦ ਚੀਜ਼ਾਂ ਦੀਆਂ ਉਹਨਾਂ ਨੂੰ ਬੰਨ ਕੇ ਇੱਕ ਤਰੀਕੇ ਨਾਲ ਰੱਖਦੀ ਹੈ, ਉਹਨਾਂ ਨੂੰ ਇੱਧਰ ਉੱਧਰ ਨਹੀਂ ਜਾਣ ਦਿੰਦੀ। ਇਸ ਤੋਂ ਇਲਾਵਾ ਨਿਬੰਧ ਦੇ ਪ੍ਰਕਾਰ ਕਿਵੇਂ ਹੋ ਸਕਦੇ ਨੇ? ਕਹਿੰਦੇ ਡਾਕਟਰ ਸਤਿੰਦਰ ਸਿੰਘ ਅਨੁਸਾਰ ਨਿਬੰਧਾਂ ਦਾ ਵਰਗੀਕਰਨ ਲਈ ਦੋ ਠੋਸ ਆਧਾਰ ਹਨ, ਵਿਸ਼ਾ ਤੇ ਲੇਖਕ ਦਾ ਵਿਅਕਤਿਤਵ। ਇਹਨਾਂ ਆਧਾਰਾਂ ਤੇ ਨਿਬੰਧ ਦਾ ਵਰਗੀਕਰਨ ਦੇਖੋ। ਨਿਬੰਧ ਵਿਸ਼ਾ ਪ੍ਰਧਾਨ ਤੇ ਆਤਮ ਪ੍ਰਧਾਨ। ਵਿਸ਼ੇ ਪ੍ਰਧਾਨ 'ਚ ਵਰਣਾਤਮਿਕ ਬਿਰਤਾਂਤਕ ਤੇ ਆਤਮ ਪ੍ਰਧਾਨ 'ਚ ਵਿਚਾਰਾਤਮਕ ਭਾਵਨਾਤਮਕ ਤੇ ਵਿਅਕਤੀਗਤ। ਠੀਕ ਹੈ, ਸੋ ਇਹ ਹੈਗੇ ਨੇ ਇਹਨਾਂ ਦਾ ਗੁੱਡ ਟਾਈਪ। ਸਭ ਤੋਂ ਪਹਿਲਾਂ ਵਿਸ਼ਾ। ਵਿਸ਼ਾ ਪ੍ਰਧਾਨ ਨਿਬੰਧਾਂ ਵਿੱਚ ਵਿਸ਼ੇ ਦੀ ਪ੍ਰਧਾਨਤਾ ਜ਼ਿਆਦਾ ਹੁੰਦੀ ਹੈ, ਜਿਵੇਂ ਕਿ ਨਾਮ ਤੋਂ ਹੀ ਇੱਥੇ ਪਤਾ ਚੱਲਦਾ ਹੈਗਾ ਕਿ ਜਿਸ ਦੇ ਵਿੱਚ ਵਿਸ਼ੇ ਦੀ ਪ੍ਰਧਾਨਤਾ ਹੋਵੇ, ਅਤੇ ਆਤਮ ਪ੍ਰਧਾਨ ਵਿੱਚ ਲੇਖਕ ਦੇ ਵਿਅਕਤੀਤਵ ਦੀ ਹੁੰਦੀ ਹੈ। ਵਿਸ਼ੇ ਦੇ ਵਿੱਚ ਨਿਰਪੱਖਤਾ ਆ ਸਕਦੀ ਹੈ, ਪਰ ਸ਼ੈਲੀ 'ਚ ਲੇਖਕ ਦਾ ਪ੍ਰਭਾਵ ਜ਼ਰੂਰ ਆ ਜਾਂਦਾ ਹੈਗਾ। ਨਿਬੰਧ ਵਿੱਚ ਜਿੱਥੇ ਇੱਕ ਪਾਸੇ ਵਿਵੇਚਨ, ਤਾਰਕਿਕਤਾ, ਕ੍ਰਮਿਕਤਾ, ਵਿਵਸਥਾ ਆਦਿ ਹੁੰਦੀ ਹੈ, ਦੂਜੇ ਪਾਸੇ ਲੇਖਕ ਦੀ ਸ਼ੈਲੀਕ ਸੰਵੇਦਨਸ਼ੀਲਤਾ ਭਾਵਨਾਤਮਕ ਤੇ ਸੰਚਾਰ ਦੇ ਪੱਖ ਆਏ। ਜਿਵੇਂ ਤੁਸੀਂ ਕਹਿ ਸਕਦੇ ਹੋ ਨਾ, ਇੱਕ ਬਾਹਰ ਮੁਖੀ ਹੈ, ਇੱਕ ਅੰਤਰ ਮੁਖੀ ਹੈਗਾ। ਠੀਕ ਹੈ, ਇੱਕ ਦੇ ਵਿੱਚ ਅਸੀਂ ਵਿਸ਼ੇ ਨੂੰ ਰੱਖਿਆ ਹੈਗਾ ਵਾ, ਇੱਕ ਵਿੱਚ ਅਸੀਂ ਇੱਕ ਵਿਅਕਤੀ ਦੇ ਨਜ਼ਰੀਏ ਨੂੰ ਦੱਸਿਆ ਹੋਇਆ ਵਾ ਕਿ ਉਹ ਇੱਕ ਸੰਵੇਦਨਸ਼ੀਲ ਭਾਵਨਾਤਮਕ ਇਸ ਤਰੀਕੇ ਦੇ ਵਿੱਚ ਆਇੰਦਾ ਹੈਗਾ ਵਾ, ਦੂਸਰਾ ਜਿਹੜਾ ਬਾਹਰੀ ਤੌਰ ਤੇ ਆਇੰਦਾ ਹੈਗਾ ਵਾ, ਜਿਸ ਦੇ ਵਿੱਚ ਅਸੀਂ ਐਜ਼ ਅ ਪ੍ਰੈਕਟੀਕਲ ਤੌਰ ਤੇ ਉਸਨੂੰ ਦੇਖਦੇ ਗਏ ਹਾਂ। ਅੱਜ ਕੱਲ੍ਹ ਨਿਬੰਧ ਦਾ ਇੱਕ ਰੂਪ ਲਲਿਤ ਨਿਬੰਧ ਬਹੁਤ ਪ੍ਰਚਲਿਤ ਹੋ ਰਿਹਾ, ਇਹ ਵੀ ਅਸੀਂ ਕਈ ਜਗ੍ਹਾ ਦੇ ਉੱਤੇ ਪੜ੍ਹਿਆ ਹੈ ਵਾ। ਲਲਿਤ ਨਿਬੰਧ ਕੀ ਹੁੰਦੇ ਨੇ? ਕਹਿੰਦੇ ਲਲਿਤ ਨਿਬੰਧ ਵਿੱਚ ਨਿਬੰਧਕਾਰ ਵਿਚਾਰਾਂ ਅਤੇ ਭਾਵਾਂ ਦੇ ਸੁਮੇਲ ਨੂੰ ਬਹੁਤ ਭਾਵਪੂਰਨ ਤੇ ਕਲਾਤਮਿਕ ਢੰਗ ਦੇ ਨਾਲ ਪੇਸ਼ ਕਰਦਾ ਹੈ। ਪੰਜਾਬੀ ਵਿੱਚ ਡਾਕਟਰ ਕੁਲਬੀਰ ਸਿੰਘ ਕਾਂਗ ਨੇ ਲਲਿਤ ਨਿਬੰਧ ਜਿਹੜੇ ਹੈਗੇ ਨੇ ਉਹ ਲਿਖੇ ਹੋਏ ਹਨ। ਪੱਛਮ ਦੀ ਦੇਣ। ਕਹਿੰਦੇ ਸਾਹਿਤ ਦੇ ਹੋਰ ਰੰਗਾਂ ਵਾਂਗ ਨਿਬੰਧ ਉੱਤੇ ਵੀ ਪੰਜਾਬੀ ਸਾਹਿਤ ਵਿੱਚ ਭਾਰਤੀ ਸਾਹਿਤ ਨੂੰ ਪੱਛਮ ਦੀ ਹੀ ਇੱਕ ਦੇਣ ਹੈਗੀ। ਅੰਗਰੇਜ਼ੀ ਦੇ ਪ੍ਰਸਿੱਧ ਨਿਬੰਧਕਾਰ ਬੇਕਨ, ਐਡੀਸਨ, ਜੌਨਸਨ, ਸਟੀਮਸਨ, ਐਮਰਸਨ ਤੇ ਗੋਲਡ ਸਮਿਥ ਆਦਿ ਦੇ ਲੇਖਾਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਬੋਲੀਆਂ ਦੇ ਵਿੱਚ ਕੀ ਗਏ ਸੀ? ਨਿਬੰਧ ਦਾ ਆਰੰਭ ਹੋਇਆ। ਪੰਜਾਬੀ ਸਾਹਿਤ ਨੂੰ ਤਾਂ ਪੱਛਮੀ ਲੇਖ ਆਪਣੇ ਪੂਰਵ ਵਿਕਸਿਤ ਰੂਪ ਦੇ ਵਿੱਚ ਹੀ ਮਿਲਿਆ ਸੀ। ਠੀਕ ਹੈ, ਮਤਲਬ ਪੰਜਾਬੀ ਨੇ ਜਦੋਂ ਇਸ ਨੂੰ ਗ੍ਰਹਿਣ ਕੀਤਾ ਤਾਂ ਇਹ ਪੂਰੇ ਚਰਮ ਦੇ ਉੱਤੇ ਸੀ, ਮਤਲਬ ਐਜ਼ ਅ ਪੂਰਾ ਡਿਵੈਲਪ ਹੋ ਕੇ ਆਇਆ ਹੋਇਆ ਸੀ, ਕੋਈ ਇਸ ਦੇ ਵਿੱਚ ਚੇਂਜਸ ਦੀ ਲੋੜ ਨਹੀਂ ਸੀ। ਭਾਵੇਂ ਅੰਗਰੇਜ਼ੀ ਸਾਹਿਤ ਦਾ ਪ੍ਰਭਾਵ ਭਾਰਤੀ ਸਾਹਿਤ ਤੇ ਕਾਫੀ ਮਾਤਰਾ ਦੇ ਵਿੱਚ ਪਿਆ, ਪਰ ਮੌਲਿਕ ਸਾਹਿਤ ਸਿਰਜਣਾ ਦੇਸ਼ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਪਰਿਸਥਿਤੀਆਂ ਦੀ ਵੀ ਦੇਣ ਹੈ। ਮਤਲਬ ਇਹ ਵੱਖਰੀ ਗੱਲ ਹੈ ਕਿ ਅਸੀਂ ਉਸਨੂੰ ਐਜ਼ ਇਟ ਇਜ਼ ਹੀ
ਯੂਜ਼ ਕੀਤਾ ਸੀ, ਪੇਸ਼ ਕੀਤਾ ਸੀ। ਪਰ ਰਚਨਾਵਾਂ ਦੇ ਵਿੱਚ ਵਿਸ਼ੇ ਜਿਹੜੇ ਹੈਗੇ ਸੀ ਉਹ ਅਸੀਂ ਆਪਣੇ ਤਰੀਕੇ ਨਾਲ ਵਿੱਚ ਯੂਜ਼ ਕਰਕੇ, ਕੁਝ ਉਸਦੇ ਵਿੱਚ ਚੇਂਜਸ ਕਰਕੇ ਉਸਨੂੰ ਅਸੀਂ ਦਰਸਾਇਆ ਸੀ। ਡਾਕਟਰ ਤਰਲੋਚਨ ਸਿੰਘ ਬੇਦੀ ਅਨੁਸਾਰ ਜਿੱਥੋਂ ਤੱਕ ਭਾਰਤੀ ਨਿਬੰਧ ਸਾਹਿਤ ਦੇ ਵਿਸ਼ੇਸ਼ ਕਰਕੇ ਪੰਜਾਬੀ ਨਿਬੰਧ ਸਾਹਿਤ ਦਾ ਸੰਬੰਧ ਹੈ, ਇਸ ਦਾ ਵੇਸ਼ ਮੁੱਖ ਰੂਪ ਵਿੱਚ 19ਵੀਂ ਸਦੀ ਵਿਚਲੀਆਂ ਇੱਥੋਂ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਪਰਿਸਥਿਤੀਆਂ ਕਾਰਨ ਹੋਇਆ, ਜਿਸ ਉੱਤੇ ਅੰਗਰੇਜ਼ੀ ਸਾਹਿਤ ਦਾ ਪ੍ਰਭਾਵ ਵਿਆਪਕ ਰੂਪ ਚ ਪਿਆ। ਉਹੀ ਆ ਗਿਆ ਕਿ ਭਾਰਤੀ ਨਿਬੰਧ ਤੇ ਵਿਸ਼ੇਸ਼ ਕਰਕੇ ਜਦੋਂ ਪੰਜਾਬੀ ਸਾਹਿਤ ਲਿਖਿਆ ਗਿਆ, ਉਸਦੇ ਵਿੱਚ ਨਿਬੰਧ ਦੀ ਜਦੋਂ ਇੱਕ ਜਗ੍ਹਾ ਆਈ ਸੀ, ਉਸਦੇ ਵਿੱਚ ਮੁੱਖ ਰੂਪ ਤੇ ਉਸ ਸਮੇਂ ਦੀ ਜਿਹੜੀਆਂ ਪਰਿਸਥਿਤੀਆਂ ਸੀ ਉਹਨਾਂ ਦਾ ਕਾਫੀ ਇੱਕ ਪ੍ਰਭਾਵ ਪਿਆ, ਕਿਉਂਕਿ ਉਹਨਾਂ ਨੂੰ ਲੈ ਕੇ ਹੀ ਵਿਸ਼ਿਆਂ ਦੇ ਤੌਰ ਤੇ ਇਸ ਨੂੰ ਲਿਖਿਆ ਗਿਆ ਸੀ। ਪਰੰਤੂ ਇਸ ਦਾ ਅਰਥ ਇਹ ਕਦਾਚਿਤ ਨਹੀਂ ਕਿ ਸਾਡੇ ਸਾਹਿਤਕਾਰਾਂ 'ਚ ਵਿਦੇਸ਼ੀ ਪ੍ਰਭਾਵ ਹੇਠ ਸਾਹਿਤ ਰਚਨ ਤੇ ਮੌਲਿਕ ਸਾਹਿਤ ਰਚਨ 'ਚ ਕੋਈ ਅੰਤਰ ਨਹੀਂ ਹੈਗਾ। ਸਾਡੇ ਲੇਖਕ ਬੇਸ਼ੱਕ ਯੁੱਗ ਪ੍ਰਭਾਵਾਂ ਤੋਂ ਛੁੱਟੇ ਨਹੀਂ ਰਹੇ, ਪਰ ਕੇਵਲ ਨਕਲਹਾਰੇ ਹੀ ਨਹੀਂ ਹੈਗੇ, ਸਿਰਜਣਹਾਰੇ ਵੀ ਹਨ। ਉਹੀ ਆ ਗਈ ਕਿ ਜੇਕਰ ਅਸੀਂ ਇਸਨੂੰ ਗ੍ਰਹਿਣ ਕੀਤਾ ਹੈਗਾ ਵਾ, ਪਰ ਇਹ ਨਹੀਂ ਹੈਗਾ ਕਿ ਅਸੀਂ ਉਸਨੂੰ ਉਸੇ ਰੂਪ 'ਚ ਹੀ ਨਕਲ ਮਾਰ ਲਈ ਹੈਗੀ ਆ। ਅਸੀਂ ਆਪਣਾ ਵੀ ਵਿੱਚ ਕੁਝ ਰੱਖਿਆ ਹੈਗਾ ਵਾ, ਤਾਂ ਹੀ ਨਿਬੰਧ ਜਿਹੜਾ ਅੱਜ ਇੱਥੇ ਜ਼ਿਆਦਾ ਵਧੀਆ ਤਰੀਕੇ ਨਾਲ ਲਿਖਿਆ ਗਿਆ ਹੈ। ਹੁਣ ਕਹਿੰਦੇ ਨੇ ਪੰਜਾਬੀ ਦੇ ਵਿੱਚ ਨਿਬੰਧਕਾਰੀ ਦਾ ਆਰੰਭ 20ਵੀਂ ਸਦੀ ਦੇ ਵਿੱਚ ਹੀ ਹੋਇਆ, ਕਿਉਂਕਿ ਪਹਿਲਾ ਪਹਿਲ ਧਾਰਮਿਕ ਸਾਹਿਤ ਹੀ ਵਾਰਤਕ ਵਿੱਚ ਲਿਖਿਆ ਜਾਂਦਾ ਸੀ। ਪਰ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਈਸਾਈ ਮਿਸ਼ਨਾਂ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਤੇ ਇਸ ਦੇ ਵਿਰੋਧ 'ਚ ਪੈਦਾ ਹੋਈਆਂ ਕੂਕਾ ਲਹਿਰ, ਸਿੰਘ ਸਭਾ, ਇਸ ਤੋਂ ਇਲਾਵਾ ਹੋਰ ਧਾਰਮਿਕ ਤੇ ਸਮਾਜ ਸੁਧਾਰ ਲਹਿਰਾਂ ਦੇ ਪ੍ਰਭਾਵ ਅਧੀਨ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਬਿਹਾਰੀ ਲਾਲ ਪੁਰੀ, ਬਾਬੂ ਤੇਜਾ ਸਿੰਘ ਪਸੌੜ, ਭਾਈ ਕਾਨ ਸਿੰਘ ਨਾਭਾ, ਡਾਕਟਰ ਚਰਨ ਸਿੰਘ ਆਦਿ ਨੇ ਸਲੇਖਾਂ ਨੇ ਸਮਾਜ ਸੁਧਾਰ, ਧਰਮ ਪ੍ਰਚਾਰ, ਗੁਰਬਾਣੀ, ਇਤਿਹਾਸ ਇਹਨਾਂ ਨਾਲ ਸੰਬੰਧਿਤ ਕਈ ਵਿਸ਼ਿਆਂ ਤੇ ਲੇਖ ਲਿਖ ਕੇ ਅਖਬਾਰਾਂ 'ਚ ਪ੍ਰਕਾਸ਼ਿਤ ਕਰਵਾਏ ਸੀ। ਹੁਣ ਤੁਸੀਂ ਜਿਹੜੇ ਹੈਗੇ ਨੇ ਜਿਨ੍ਹਾਂ ਕੋਲ ਬੁੱਕਸ ਹੈਗੀਆਂ, ਕਿਉਂਕਿ ਗਰੁੱਪ ਦੇ ਵਿੱਚ ਸੈਂਡ ਕੀਤੀਆਂ ਹੋਈਆਂ ਸੀ, ਦਿੱਲੀ ਸਾਹਿਤ ਅਕੈਡਮੀ ਵਾਲੀਆਂ ਕਿਤਾਬਾਂ ਹੈਗੀਆਂ ਸੀ, ਉਸ ਦੇ ਵਿੱਚ ਸਾਰਾ ਜਿਹੜੀ ਵਾਰਤਕ ਸਟਾਰਟਿੰਗ ਦੇ ਵਿੱਚ ਜਾਂਦੀ ਹੈਗੀ ਆ, ਉਸ ਦੇ ਵਿੱਚ ਨਿਬੰਧ ਜਿਨ੍ਹਾਂ ਨੇ ਵੇਖੇ ਹੋਣਗੇ ਉਹਨਾਂ ਨੂੰ ਪਤਾ ਹੈ ਕਾਫੀ ਜ਼ਿਆਦਾ ਉਹਦੇ ਵਿੱਚ ਨਿਬੰਧ ਜਿਹੜੇ ਹੈਗੇ ਨੇ ਦਿੱਤੇ ਹੋਏ ਨੇ। ਲਹਿਰ ਹੀ ਹੈਗੀ ਇੱਕ ਹਿਸਾਬ ਦੀ ਤੁਸੀਂ ਕਹਿ ਸਕਦੇ ਹੋ, ਤੇ ਇਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਲਹਿਰਾਂ ਦੇ ਪ੍ਰਭਾਵ ਅਧੀਨ ਆਈਆਂ ਸੀ ਉਹ ਵੀ ਇਸ ਵਿੱਚ ਦੱਸੇ ਹੋਏ ਨੇ। ਸ਼ਰਧਾ ਰਾਮ ਫਿਲੌਰੀ ਨੇ ਦੋ ਨਿਬੰਧ ਸੰਗ੍ਰਹਿ ਸਿੱਖ ਰਾਜ ਦੀ ਵਿੱਥਿਆ ਤੇ ਪੰਜਾਬੀ ਬਾਤਚੀਤ ਇਸ ਤਰ੍ਹਾਂ ਸਮੇਂ ਦੌਰਾਨ ਪੰਜਾਬੀ ਸਹਿਤ ਨੂੰ ਦਿੱਤੇ। ਇਸ ਤੋਂ ਪਿੱਛੋਂ ਭਾਈ ਵੀਰ ਸਿੰਘ, ਮੋਹਨ ਸਿੰਘ ਵੈਸ, ਚਰਨ ਸਿੰਘ ਸ਼ਹੀਦ, ਬ੍ਰਿਜ ਲਾਲ ਸ਼ਾਸਤਰੀ, ਹੀਰਾ ਸਿੰਘ ਦਰਦ ਆਦਿ ਨੇ ਵੀ ਅੱਗੇ ਇਸ ਨੂੰ ਤੋਰਿਆ। ਮੋਹਨ ਸਿੰਘ ਵੈਦ ਨੇ ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਬੇਕਨ ਦੇ ਨਿਬੰਧਾਂ ਦਾ ਬੇਕਨ ਵਿਚਾਰ ਰਤਨਾਵਲੀ ਨਾਮਹੀਣ ਤੇ ਪੂਰਨ ਸਿੰਘ ਨੇ ਐਮਰਸਨ ਦੇ ਲੇਖਾਂ ਦੀ ਅਪਚਲੀ ਜੋਤ ਨਾਮ ਹੇਠ ਅਨੁਵਾਦ ਕਰਕੇ ਪੰਜਾਬੀ ਸਾਹਿਤ ਦੇ ਵਿੱਚ ਕੀ ਗਾ ਸੀ ਨਿਬੰਧ ਅਨੁਵਾਦ ਪਰੰਪਰਾ ਅਧੀਨ ਕਈ ਵਧੀਆ ਲੇਖਾਂ ਦੇ ਪੰਜਾਬੀ ਰੂਪ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੇ। ਪੂਰਨ ਸਿੰਘ ਦੇ ਵਲਵਲੇ ਭਰਪੂਰ ਸ਼ੈਲੀ, ਖੁੱਲ੍ਹੇ ਲੇਖ ਵਰਗੇ ਨਿਬੰਧ ਸੰਗ੍ਰਹਿ, ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਾਮਈ ਸ਼ੈਲੀ ਰਾਹੀਂ 30 ਕੁ ਕਰੀਬ ਪੁਸਤਕਾਂ ਨਾਲ ਸੰਬੰਧਿਤ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਅਮੀਰ ਕੀਤਾ ਸੀ। ਤੇਜਾ ਸਿੰਘ ਨੇ ਸਪਸ਼ਟ, ਸਾਦਾ, ਠੇਠ ਤੇ ਸਾਵੀ ਪੱਧਰੀ ਸ਼ੈਲੀ ਰਾਹੀਂ ਸਧਾਰਨ ਵਿਸ਼ਿਆਂ ਤੇ ਲੇਖ ਲਿਖ ਕੇ ਨਵੀਆਂ ਸੋਚਾਂ, ਸਹਿਜ ਸੁਭਾਅ, ਸੱਭਿਆਚਾਰ ਆਦਿ ਪੁਸਤਕਾਂ ਰਾਹੀਂ ਪੰਜਾਬੀ ਸਾਹਿਤ ਵਿੱਚ ਹਲਕੇ ਫੁਲਕੇ ਲੇਖ ਲਿਖਣ ਦੀ ਇੱਕ ਨਵੀਂ ਪਰੰਪਰਾ ਤੋਰੀ ਤੇ ਲੇਖ ਕਲਾ ਦੇ ਰੂਪ ਨੂੰ ਨਿਖਾਰਨ 'ਚ ਸਭ ਤੋਂ ਵੱਧ ਯਤਨ ਕੀਤਾ। ਉਪਰੋਕਤ ਨਿਬੰਧਕਾਰਾਂ ਤੋਂ ਇਲਾਵਾ ਸਾਡੇ ਕੋਲ ਲਾਲ ਸਿੰਘ, ਕਮਲਾ ਅਕਾਲੀ, ਹਰਿੰਦਰ ਸਿੰਘ ਰੂਪ, ਕਪੂਰ ਸਿੰਘ, ਸਾਹਿਬ ਸਿੰਘ, ਤਾਰਨ ਸਿੰਘ, ਜੋਤ ਸਿੰਘ, ਬਲਬੀਰ ਸਿੰਘ, ਮੇਹਰ ਸਿੰਘ, SS ਅਮੋਲ, ਇਸ ਤੋਂ ਇਲਾਵਾ ਦੀਵਾਨ ਸਿੰਘ, ਗੁਰਬਚਨ ਸਿੰਘ, ਤਾਲਿਬ, ਗੁਰਚਰਨ ਸਿੰਘ, ਅਤਰ ਸਿੰਘ, ਸੰਤ ਸਿੰਘ ਸੇਖੋ, ਗੁਰੂ ਪ੍ਰੇਮ ਪ੍ਰਕਾਸ਼ ਸਿੰਘ, ਰਤਨ ਸਿੰਘ ਜੱਗੀ, ਕਿਰਪਾਲ ਸਿੰਘ ਕਸੇਲ, ਕੁਲਬੀਰ ਸਿੰਘ ਕਾਂਗ ਆਦਿ ਨਿਬੰਧਕਾਰਾਂ ਨੇ ਧਾਰਮਿਕ, ਸਾਹਿਤਕ, ਇਤਿਹਾਸਿਕ, ਵਿਅੰਗਾਤਮਕ, ਆਲੋਚਨਾਤਮਕ, ਹਾਸਰਸੀ ਲੇਖਾਂ ਰਾਹੀਂ ਪੰਜਾਬੀ ਨਿਬੰਧਕਾਰੀ ਨੂੰ ਵਿਕਸਿਤ ਕਰਨ 'ਚ ਆਪਣਾ ਭਰਪੂਰ ਯਤਨ ਕੀਤਾ। ਉਹ ਪੰਜਾਬੀ ਨਿਬੰਧ ਦੇ ਉਪਰੋਕਤ ਸਮੁੱਚੇ ਸਰਵੇਖਣ ਤੋਂ ਇਹ ਗੱਲ ਭਲੀ ਭਾਂਤ ਸਿੱਧ ਹੋ ਜਾਂਦੀ ਹੈ ਕਿ ਪੰਜਾਬੀ ਨਿਬੰਧਕਾਰੀ ਨੇ 19ਵੀਂ ਸਦੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਵਿਕਾਸ ਕੀਤਾ ਹੈ ਤੇ ਇਸਦਾ ਅੱਗੇ ਭਵਿੱਖ ਵੀ ਉਜਲਾ ਹੀ ਹੈਗਾ। ਸੋ ਇਹ ਗੱਲ ਸੀ ਸਾਹਿਤ ਦਾ ਇੱਕ ਨੈਕਸਟ ਰੂਪ ਨਿਬੰਧ ਪੰਜਾਬੀ ਦੇ ਵਿੱਚ। ਜਿੰਨੇ ਹੋਰ ਹੈਗੇ ਉਹ ਅੱਗੇ ਨੈਕਸਟ ਕਰਾਂਗੇ, ਸੋ ਵੀਡੀਓਜ਼ ਦੇਖਦੇ ਰਹੋ। ਥੈਂਕ ਯੂ।